ਹੋਰ ਭਰਾਓ ਸਭ ਠੀਕ ਠਾਕ ਹੋ? ਜਿਹੜੇ ਆਪਣੇ ਕਬੂਤਰ ਨੇ ਪਤਲੀਆਂ ਮਿੱਠਾ ਹਰੀਆਂ ਮਿੱਠਾ ਕਰਦੇ ਪਏ ਨਾ, ਜਿਹਨਾਂ ਨੂੰ ਠੰਡ ਲੱਗੀ ਹੈ ਉਹਨਾਂ ਵਾਸਤੇ ਨਾ ਤੁਹਾਨੂੰ ਇੱਕ ਲਾਜ ਦੱਸਣ ਲੱਗਾ। ਇਹ ਆਪਣੇ ਭਰਾ ਨੇ ਸ਼ੇਅਰ ਕੀਤਾ ਸੀ ਆਪਣੇ ਨਾਲ ਕਿਸੇ ਨੇ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੱਗਾ। 1 ਲੀਟਰ ਪਾਣੀ ਦੇ ਵਿੱਚ ਨਾ 6 ਚਮਚੇ ਪਾਉਣੇ ਪੱਤੀ ਦੇ, ਇਹਨੂੰ ਉਬਾਲਣਾ ਚੰਗੀ ਤਰ੍ਹਾਂ, ਕਾਢ ਲਓ ਜਿੱਦਾਂ ਇਹ ਕੱਢਦਾ ਪਿਆ ਨਾ, ਚੰਗੀ ਤਰ੍ਹਾਂ ਕਾਢ ਕੇ ਨਾ ਇਹਨੂੰ 4 ਲੀਟਰ ਪਾਣੀ 'ਚ ਪਾਉਣਾ ਸੀ। ਇਹ ਪਾਣੀ ਸਾਰਾ ਦਿਨ ਪਿਆ ਰਿਹਾ ਇਹਨਾਂ ਨਾਲ, ਜਿਹੜੇ ਕਬੂਤਰ ਤੁਹਾਡੇ ਇਕੱਠੇ ਹੋ ਕੇ ਬਹਿਣਦੇ ਪਤਲੀਆਂ ਮਿੱਠਾ ਮਾਰਦੇ ਪਏ ਉਹਨਾਂ ਨੂੰ ਫਰਕ ਪੈ ਜਾਏਗਾ। ਚੰਗੀ ਤਰ੍ਹਾਂ ਕਾਢ ਲੈਣਾ ਇਹਨੂੰ, ਤੇ 4 ਲੀਟਰ ਪਾਣੀ ਰੱਖਿਆ ਆਪਾਂ, ਇੱਕ ਮਿਕਸ ਕਰ ਲੈਣਾ ਜੀ। ਇਹਨੂੰ ਪੁਣ ਕੇ ਵੀ ਪਾ ਸਕਦੇ ਤੁਸੀਂ, ਸਿੱਧਾ ਵੀ ਪਾ ਸਕਦੇ ਹੋ। ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਨਾ। ਪੂਰਾ ਦਿਨ ਇਹਨੂੰ ਪਾਣੀ ਨੂੰ ਪਿਆ ਰਹਿਣ ਦੇਣਾ, ਚੱਕਣਾ ਨਹੀਂ ਪਾਣੀ ਨੂੰ। ਥੈਂਕ ਯੂ।